ਹਾਂਜੀ ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਸੁਣਾਓ ਜੀ, ਕਿਵੇਂ ਹੋ ਸਾਰੇ? ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਹਾਂਜੀ, ਇੱਥੇ ਹੋ ਗਿਆ ਜੀ ਸ਼ਾਮ ਦਾ ਟਾਈਮ, ਕੰਮ ਕਾਰ ਆਪਾਂ ਸਾਰੇ ਕਰਕੇ ਹੋ ਗਏ ਫ੍ਰੀ। ਦੇਖੋ 8 ਵੱਜ ਚੁੱਕੇ ਨੇ ਅਤੇ ਕੰਮ ਵਗੈਰਾ ਸਾਰੇ ਮੈਂ ਕਰ ਲਏ, ਜਿਵੇਂ ਕਿ ਪਿਛਲੇ ਵਲੋਗ 'ਚ ਤੁਹਾਡੇ ਨਾਲ ਸ਼ੇਅਰ ਕੀਤਾ ਸੀ। ਅਤੇ ਇੱਥੇ ਬੱਚੇ ਵੀ ਆਪਣਾ ਸਟੱਡੀ ਕਰ ਰਹੀਆਂ ਸੀਗੀਆਂ, ਦੋਨੇ ਛੋਟੀਆਂ ਬੇਟੀਆਂ। ਵੱਡੀ ਬੇਟੀ ਨੂੰ ਮੈਂ ਆਪਣੇ ਨਾਲ ਲਾ ਰੱਖਿਆ ਸੀ। ਮੈਂ ਕਿਹਾ ਇਕੱਲੇ ਤੋਂ ਮਾਰਕਿੰਗ ਵਗੈਰਾ ਕਰਨੀ ਹੈ ਨਾ, ਔਖੀ ਹੁੰਦੀ ਆ। ਕੁਛ ਜਿਹੜਾ ਇਹ ਸਟਾਫ ਆਏ ਹੈਗਾ ਸੀ ਜੀ ਫਿਓਨਾ, ਜੇਕਰ ਕੋਟਨ ਵਗੈਰਾ ਅਤੇ ਛਪਾਈ ਵਗੈਰਾ ਕਰਨੀ ਹੋਵੇ ਤਾਂ ਸੌਖੀ ਦਿੱਲੀ ਜੇ ਹੋ ਜਾਂਦੀ ਆ। ਪਰ ਜਿਹੜਾ ਵੀ ਆਪਾਂ ਕੋਈ ਵੀ ਸਿੰਥੈਟਿਕ ਸਟਾਫ ਆ ਜਿਹੜਾ ਆਪਾਂ ਕਰਦੇ ਹਾਂ ਨਾ, ਉਹ ਤਾਂ ਥੋੜ੍ਹਾ ਜਿਹਾ ਟਫ ਹੁੰਦਾ। ਅਤੇ ਹਾਂਜੀ, ਮੈਂ ਲੱਗੀ ਹੋਈ ਸੀ ਜੀ ਮਾਰਕਿੰਗ ਕਰਨ। ਅਤੇ ਪਹਿਲਾਂ ਤਾਂ ਸਾਰੀ ਇਹਦੇ ਲੈਂਥ ਵਗੈਰਾ ਦੇਖਣੀ ਪਊਗੀ ਹੈ ਨਾ, ਸਾਰੀ ਲੈਂਥ ਵਗੈਰਾ ਦੇਖ ਕੇ। ਦੇਖੋ ਇੱਦਾਂ ਮੈਂ ਸਾਰੀ ਕਿਤੇ ਮਾਰਕਿੰਗ ਕਰ ਲਈ ਹੈ ਵੀ ਕਿੱਥੇ ਕਿੱਥੇ ਆਪਾਂ ਨੇ ਜਿਹੜੀ ਹੈਗੀ ਆ ਟਰੇਸ ਕਰਨੀ ਆ, ਫਲਾਵਰ ਆਪਾਂ ਨੇ ਛਪਾਈ ਕਰਨੀ ਆ, ਸਾਰੀ ਕਿਤੇ ਮੈਂ ਜਿਹੜੇ ਹੈਗੇ ਇੱਦਾਂ ਨਿਸ਼ਾਨ ਆ ਜਿਹੜੇ ਲਗਾ ਲਏ ਨੇ। ਅਤੇ ਹਾਂਜੀ, ਜਿਹੜੇ ਡਾਰਕ ਕਲਰ 'ਤੇ ਆਪਾਂ ਕੋਈ ਵੀ ਛਪਾਈ ਕਰਦੇ ਤਾਂ ਉਹਦੇ ਲਈ ਹੈ ਨਾ, ਜਾਂ ਤਾਂ ਤੁਹਾਨੂੰ ਵਾਈਟ ਕਲਰ ਲੈਣਾ ਪਊਗਾ ਜਾਂ ਇੱਕ ਸਫੈਦਾ ਕਹਿ ਦਿੰਦੇ ਪਾਊਡਰ ਬੇਸ 'ਤੇ, ਉਹਦਾ ਚਮਕ ਜਿਹੀ ਹੁੰਦੀ ਥੋੜ੍ਹੀ ਜਿਹੀ ਉਹ 'ਚ ਸ਼ਾਈਨਿੰਗ ਜੀ, ਉਹ ਵਾਲਾ ਆਪਾਂ ਨੂੰ ਈਜ਼ੀਲੀ ਬਾਜ਼ਾਰ ਦੇ ਵਿੱਚੋਂ ਮਿਲ ਜੂ, ਜਿੱਥੋਂ ਆਪਾਂ ਆਪਣਾ ਸਿਲਾਈ ਰਿਲੇਟਡ ਸਮਾਨ ਲੈਣੇ ਆ। ਅਤੇ ਹਾਂਜੀ, ਉਹ ਮੈਂ ਲਿਆ ਰੱਖਿਆ। ਇਹ ਹੈਗਾ ਜੀ, ਇੱਕ ਤਾਂ ਮਿੱਟੀ ਦਾ ਤੇਲ ਹੁੰਦਾ, ਇੱਕ ਅਲੱਗ ਤੋਂ ਓਇਲ ਆਉਂਦਾ ਛਪਾਈ ਲਈ, ਅਤੇ ਉਹਦੇ ਨਾਲ ਆਪਾਂ ਲੱਗੇ ਹੋਏ ਹਾਂ ਜੀ ਕਰਨ। ਹਾਂਜੀ, ਇੱਥੇ ਹੋ ਚੁੱਕੀ ਹੈ ਜੀ ਨੈਕਸਟ ਮੋਰਨਿੰਗ। ਗੁੱਡ ਮੋਰਨਿੰਗ ਜੀ ਸਾਰਿਆਂ ਨੂੰ। ਸਵੇਰ ਦੀ ਦੇਖੋ ਆਪਾਂ ਨੇ ਚਾਹ ਰੱਖਤੀ ਬਣਨੀ, ਨਾਲ ਹੀ ਮੈਂ ਰੱਖਿਆ ਹੋਇਆ ਜੀ ਸੌਂਫ ਵਾਲਾ ਪਾਣੀ। ਅਤੇ ਆਪਾਂ ਰਾਤ ਨੂੰ ਸੌਂਫ ਆ ਜਿਹੜੀ ਭਿਉਂ ਕੇ ਰੱਖ ਦਿੰਦੇ ਹਾਂ, ਅਤੇ ਸੁਬਹਾ ਅਰਲੀ ਮੋਰਨਿੰਗ ਉੱਠ ਕੇ ਆਪਾਂ ਪਹਿਲਾਂ ਭੁੰਡ ਕੇ ਇਹ ਵਾਲਾ ਕੋਸਾ ਜਿਹਾ ਪਾਣੀ ਹੈ ਜਿਹੜਾ ਆਪਾਂ ਪੀ ਲਾਂਗੇ। ਹਾਂਜੀ, ਇਸ ਤੋਂ ਬਾਅਦ ਆਪਣੇ ਜਿਹੜੇ ਰੋਜ਼ਮਰਾ ਦੇ ਕੰਮ ਨੇ, ਆਪਣੀ ਰੁਟੀਨ ਆ, ਉਹ ਹੋ ਗਈ ਜੀ ਸ਼ੁਰੂ। ਦੇਖੋ ਇੱਥੇ ਮੈਂ ਆਟਾ ਵਗੈਰਾ ਗੁੰਨਣਾ ਹੀ ਸੀ। ਆਟਾ ਵਗੈਰਾ ਗੁੰਨਣ ਤੋਂ ਬਾਅਦ ਇੱਥੇ ਮੈਂ ਲੱਗੀ ਸੀ ਜੀ ਬੱਚਿਆਂ ਨੂੰ ਯੂਨੀਫਾਰਮ ਜਿਹੜੀ ਪ੍ਰੈੱਸ ਕਰਨ। ਬੱਚੇ ਇੱਥੇ ਆਪਣੇ ਜੀ ਉੱਠ ਚੁੱਕੇ ਸੀਗੇ, ਵੈਸੇ ਤਾਂ ਜਿਹੜੇ ਮੇਰੇ ਬੱਚੇ ਨੇ ਅਤੇ ਹੈ ਨਾ ਬਹੁਤ ਜ਼ਿਆਦਾ ਸੈਲਫ ਡਿਪੈਂਡ ਨੇ, ਹੈ ਨਾ। ਇਹ ਨਹੀਂ ਹੈਗਾ ਵੀ ਇਕੱਲਾ ਮੈਂ ਹੀ ਉਹਨਾਂ ਨੂੰ ਰੈਡੀ ਕਰਨਾ ਜਾਂ ਫਿਰ ਮੈਂ ਹੀ ਉਹਨਾਂ ਦੇ ਪ੍ਰੈੱਸ ਵਗੈਰਾ ਕਰਨੇ ਆ, ਅਤੇ ਸਾਰੇ ਕੰਮ ਉਹ ਆਪਣੇ ਆਪ ਕਰਦੇ ਨੇ। ਖੈਰ, ਬੱਚਿਆਂ ਨੂੰ ਇੰਨਾ ਕੁ ਹੈ ਨਾ ਆਪਾਂ ਨੂੰ ਬਣਾਉਣਾ ਵੀ ਚਾਹੀਦਾ ਵੀ ਬੱਚੇ ਜਿਹੜੇ ਆਪਦੇ ਕੰਮ ਨੇ ਆਪ ਕਰ ਸਕਣ, ਕਿਉਂਕਿ ਹੈ ਨਾ ਇੱਕ ਹਾਊਸ ਵਾਈਫ ਨੂੰ ਜਾਂ ਫਿਰ ਕੋਈ ਵੀ ਭੈਣ ਜਿਹੜੀ ਘਰ ਵਿੱਚ ਵਰਕ ਕਰਦੀ, ਸਾਨੂੰ ਹਰ ਇੱਕ ਕੰਮ ਆ ਜਿਹੜੇ ਮੈਨੇਜ ਕਰਨੇ, ਖੈਰ ਔਖੇ ਹੋ ਜਾਂਦੇ ਨੇ। ਖੈਰ, ਬੱਚਿਆਂ ਦੀ ਜ਼ਿੰਮੇਵਾਰੀ ਇੱਕ ਮਾਂ ਦੀ ਹੁੰਦੀ ਆ, ਮੈਂ ਇਹ ਨਹੀਂ ਕਹਿਣਾ ਚਾਹੁੰਦੀ, ਪਰ ਹੈ ਨਾ ਬੱਚਿਆਂ ਨੂੰ ਵੀ ਹੌਲੀ ਹੌਲੀ ਕਰਕੇ ਸਾਰੇ ਜਿਹੜੇ ਕੰਮ ਨੇ ਉਹਨਾਂ ਦੇ ਸਿਖਾਉਣੇ ਚਾਹੀਦੇ ਨੇ ਆਪਾਂ ਨੂੰ, ਤਾਂ ਕਿ ਬੱਚੇ ਜਿਹੜੇ ਹੈਗੇ ਆ ਕਿਸੇ ਉੱਤੇ ਨਿਰਭਰ ਨਾ ਰਹਿਣ, ਵੀ ਸਾਨੂੰ ਇਹਨਾਂ ਨੇ ਰੈਡੀ ਕਰਨਾ, ਜੇ ਹੀ ਸਾਨੂੰ ਹਰ ਇੱਕ ਚੀਜ਼ ਦੇਣਗੇ। ਚਲੋ, ਛੋਟੇ ਬੱਚੇ ਜਿਵੇਂ ਕਿ ਆਪਣੀ ਨੂਰ ਹੋ ਗਈ ਹੈ ਨਾ, ਉਹਦੀ ਗੱਲ ਆ ਜਿਹੜੀ ਜੁਦਾ ਗਈ। ਅਤੇ ਹਾਂਜੀ, ਇੱਥੇ ਦੇਖੋ ਮੈਂ ਸਾਰੇ ਕੰਮ ਕਰਕੇ ਆਪਣੇ ਫ੍ਰੀ ਹੋ ਕੇ ਮੈਂ ਆਪਣਾ ਲੱਗ ਗਈ ਸੀ ਆਪਣੇ ਕੰਮ 'ਤੇ। ਪਹਿਲਾਂ ਤਾਂ ਜੀ ਇਹ ਵਾਲਾ ਜਿਹੜਾ ਮੈਂ ਸੂਟ ਕੀਤਾ ਸੀਗਾ, ਰਾਤ ਛਪਾਈ ਕੀਤੀ ਸੀ ਉਹਨੂੰ ਮੈਂ ਲੱਗ ਗਈ ਸੀਗੀ ਪੇਂਟ ਕਰਨ। ਅਤੇ ਪਹਿਲਾਂ ਇਹਦੇ 'ਤੇ ਆਪਾਂ ਵਾਈਟ ਬੇਸ ਆ ਜਿਹੜਾ ਉਹ ਦੇਵਾਂਗੇ, ਕਿਉਂਕਿ ਡਾਰਕ ਕਲਰ ਆ, ਡਾਰਕ ਕਲਰ 'ਤੇ ਕਿਹੜੇ ਵੀ ਆਪਾਂ ਕਲਰ ਕਰਦੇ ਹਾਂ ਬਹੁਤ ਔਖਾ ਹੁੰਦਾ ਉਹ ਵਾਲਾ ਕਲਰ, ਅਤੇ ਵਾਈਟ ਬੇਸ ਦੇ ਕੇ ਫਿਰ ਆਪਾਂ ਉਹਨੂੰ ਅੱਗੇ ਕਰਾਂਗੇ ਪੇਂਟ। ਬੱਚੇ ਆ ਗਏ ਨੇ ਸਕੂਲ ਤੋਂ, ਅਤੇ ਮੈਂ ਹਲਕਾ ਜਿਹਾ ਵਾਈਟ ਦਾ ਪੇਂਟ ਕਰਤਾ, ਮੈਂ ਤੁਸੀਂ ਦੇਖ ਹੀ ਚੁੱਕੇ ਹੋ। ਮੈਂ ਬਣਾਉਣ ਲੱਗੀ ਹਾਂ ਜੀ ਰੋਟੀ, ਰੋਟੀ ਦੀ ਪਰੌਂਠੇ ਘਿਓ ਲਾ ਕੇ ਉੱਪਰ, ਅਤੇ ਹੁਣ 'ਚ ਦੇਖੋ ਧੂੰਆਂ ਧੂੰਆਂ ਹੋਇਆ ਪਿਆ, ਅਤੇ ਨੂਰ ਵੀ ਆ ਗਈ ਆਪਣੀ ਸਕੂਲੋਂ, ਅਤੇ ਦੇਖਦੀ ਹਾਂ ਮੈਂ ਉਹਨਾਂ ਨੂੰ ਕਿ ਸਾਡੇ ਬੱਚੇ ਘੇਰਾ। ਇੱਕ ਵਾਰੀ ਨਾ ਮੈਂ ਵਾਈਟ ਦਾ ਪੇਂਟ ਕਰਕੇ ਸੁੱਕਣਾ ਰੱਖਤਾ, ਮੈਂ ਕਿਹਾ ਚਲੋ ਆਪਾਂ ਬਾਅਦ ਵਿੱਚ ਕਰਦੇ ਹਾਂ। ਕਿੱਧਰ ਗਈ ਨੂਰ? ਚਲੇ ਵੀ ਗਈ, ਦੇਖ ਲਾ ਉਹਨੂੰ, ਉੱਧਰ ਵੀ ਰਹਿੰਦੀ ਆ। ਅਤੇ ਇੱਧਰ ਦੇਖੋ ਮੈਂ ਵਾਈਟ ਦਾ ਪੇਂਟ ਕਰਤਾ, ਇਹਦੇ ਉੱਪਰ ਆਪਾਂ ਫਿਰ ਕਲਰ ਵਾਲਾ ਬਾਅਦ 'ਚ ਕਰਾਂਗੇ। ਬਹੁਤ ਔਖਾ ਕੀਤਾ, ਮੈਨੂੰ ਲੱਗਦਾ ਬਾਹਲੀ ਨਹੀਂ ਤਾਂ ਮੈਂ ਦੋ ਤਿੰਨ ਕੀਤੇ ਹੋਣੇ ਆ ਘਰੇ ਪਤਲੇ ਪਤਲੇ ਕਰਕੇ। ਪਰ ਜਦੋਂ ਮੈਂ ਕਰਦੀ ਸੀ ਨੀਚੇ ਤੋਂ ਨਾ,
ਜਿਹੜਾ ਕੱਪੜੇ ਦਾ ਫੈਬਰਿਕ ਦਾ ਕਲਰ ਆ ਨਾ ਉਹ ਨੀਚੇ ਦਿਖਣ ਲੱਗ ਜਾਂਦਾ ਸੀਗਾ। ਬਹੁਤ ਮੁਸ਼ਕਿਲ ਨਾਲ ਕੀਤਾ ਹੈਗਾ ਬੇਸ ਬਣਾਇਆ ਇਹਦਾ, ਅਤੇ ਕਿਚਨ 'ਚ ਹੋਇਆ ਜੀ ਧੂੰਆਂ ਧੂੰਆਂ। ਅਤੇ ਮੈਂ ਬਣਾਉਣੀ ਆ ਜੀ ਰੋਟੀ, ਆ ਜਾਓ ਜਿਹਨੇ ਜਿਹਨੇ ਖਾਣੀ ਆ। ਅਤੇ ਸਬਜ਼ੀ ਆਪਣੇ ਪਈ ਸੀਗੀ ਬੱਚਿਆਂ ਲਈ ਰੱਖੀ ਸੀਗੀ ਮੈਂ, ਹਾਂਜੀ ਸਬਜ਼ੀ ਆਪਣੀ ਪਈ ਸੀ, ਸਬਜ਼ੀ ਆਪਣੀ ਪਈ ਸੀਗੀ ਬੱਚਿਆਂ ਲਈ ਰੱਖਤੀ ਸੀਗੀ ਮੈਂ ਥੋੜ੍ਹੀ ਜਿਹੀ। ਅਤੇ ਹੁਣ ਮੈਂ ਕਿਹਾ ਚਲੋ ਆਪਾਂ ਇਹਨਾਂ ਨੂੰ ਹੁਣ ਪਰੌਂਠੇ ਜਿਹੇ ਬਣਾ ਦਿੰਦੇ ਹਾਂ, ਰੋਟੀ ਜਿਹਨਾਂ ਨੇ ਖਾਣੀ ਪਾ ਲੈਣਗੇ ਆਪਣਾ। ਅਤੇ ਹੋਰ ਸੁਣਾਓ ਮੇਰੀਆਂ ਸਾਰੀਆਂ ਭੈਣਾਂ ਦਾ ਕੀ ਹਾਲ ਚਾਲ ਆ, ਅਤੇ ਕਿਵੇਂ ਚੱਲ ਰਹੀ ਹੈ ਦੀਵਾਲੀ ਦੀਆਂ ਸਫਾਈਆਂ, ਕਿੰਨਾ ਕਿੰਨਾ ਨੇ ਸ਼ੁਰੂ ਕਰਤੀਆਂ। ਅਤੇ ਮੇਰਾ ਜੀ ਹਾਲੇ ਸਾਰਾ ਕੰਮ ਪਿਆ ਮੈਨੂੰ ਇੱਦਾਂ, ਜਿਹੜਾ ਮੇਰਾ ਦੇਣ ਵਾਲਾ ਕੰਮ ਆ ਨਾ ਸਟਿਚਿੰਗ ਵਗੈਰਾ ਦਾ, ਕੁਛ ਵੀ ਇੱਦਾਂ ਦਾ, ਮੈਂ ਇੱਕ ਵਾਰੀ ਇਹਨਾਂ ਤੋਂ ਫ੍ਰੀ ਹੋ ਜਾ। ਹੁਣ ਮੈਂ ਬੰਦ ਕਰੇ ਹੋਏ ਨੇ ਕੱਪੜੇ ਫੜਨੇ, ਹੁਣ ਮੈਂ ਫੜਦੀ ਨਹੀਂ ਹੈਗੀ ਥੋੜ੍ਹੇ ਜਿਹੇ ਟਾਈਮ ਲਈ, ਕਿਉਂਕਿ ਫਿਰ ਨਾ ਆਪਦਾ ਕੰਮ ਬਿਲਕੁਲ ਹੀ ਰਹਿ ਜਾਂਦਾ, ਕਿਉਂਕਿ ਸਫਾਈਆਂ ਵੀ ਤੁਹਾਨੂੰ ਪਤਾ ਨਾ ਕਿੰਨੀਆਂ ਨੇ, ਸਾਰਾ ਧੋਣ ਤੇ ਲਈ ਆ, ਸਾਰਾ ਕੁਛ ਪਿਆ ਜੀ ਟੋਟਲੀ। ਅਤੇ ਬਸ ਹਾਂ ਕੰਮ ਆਪਾਂ ਦੇਖੀਏ ਫਿਰ ਮੈਂ ਕਰਦੀ ਹਾਂ, ਅਗਲੇ ਦਿਨ ਸ਼ੁਰੂ ਹੋ ਗਿਆ ਕੁਛ। ਮੈਨੂੰ ਇੱਦਾਂ ਸੀ ਵੀ ਬੱਚਿਆਂ ਦੇ ਨਾ ਪੇਪਰ ਹੋ ਜਾਣ ਖਤਮ, ਵੀ ਬੱਚਿਆਂ ਦੇ ਪੇਪਰਾਂ ਦੇ ਬਾਅਦ ਹੀ ਮੈਂ ਕਰਾਂ, ਕਿਉਂਕਿ ਥੋੜ੍ਹੀ ਜਿਹੀ ਨਾ ਬੱਚਿਆਂ ਨਾਲ ਹੈਲਪ ਹੋ ਜਾਂਦੀ ਹੈਗੀ। ਬਸ ਇਹਨਾਂ ਦਾ ਸਮਾਨ ਜ਼ਿਆਦਾ ਆ ਹਾਲੇ ਆਪਣਾ, ਘੱਟ ਹੈ ਨਿੱਕੀਆਂ ਨਿੱਕੀਆਂ ਚੀਜ਼ਾਂ ਦੀਆਂ, ਆਪਣੀਆਂ ਦੇਖ ਕੇ ਰੱਖ ਲੈਣਗੀਆਂ। ਜਸ਼ਾ ਵੀ ਤੂੰ ਜਸ਼ ਕਿੱਥੇ ਆ, ਰੋਟੀ ਖਾ ਲੈਂਦਾ ਉੱਥੇ, ਤੂੰ ਵੀ ਗੋਲੀ ਲੈ ਲਾ ਆਪਣੀ। ਇੱਕ ਜੀ ਹੁਣ ਇਹ ਮੌਸਮ ਇੱਦਾਂ ਦਾ ਸਾਰੇ ਬਿਮਾਰ ਹੋ ਰਿਹਾ, ਖੰਘ ਜ਼ੁਕਾਮ। ਵੈਸੇ ਏ ਸੀ ਵਗੈਰਾ ਆਪਾਂ ਨੇ ਲਾਉਣਾ ਬਹੁਤ ਹੁਣ ਘੱਟ ਕਰਤਾ, ਜਿੰਨੇ ਤਾਂ ਬਿਲਕੁਲ ਵੀ ਨਹੀਂ ਲਾਉਂਦੇ ਹੈਗੇ, ਪਰ ਫਿਰ ਵੀ ਹੈ ਨਾ ਬੱਚੇ ਨੂੰ ਕਿਸੇ ਕਿਸੇ ਪਾਣੀ ਪੀ ਲੈਂਦੇ, ਖੰਘ ਜ਼ੁਕਾਮ ਇਹਨਾਂ ਨੂੰ ਬਹੁਤ ਜ਼ਿਆਦਾ ਹੋਇਆ ਪਿਆ। ਖੰਘ ਤਾਂ ਨਹੀਂ ਹੈਗੀ, ਇਹਨੇ ਜ਼ੁਕਾਮ ਵੀ ਜ਼ਿਆਦਾ ਹੋਇਆ ਪਿਆ। ਅਤੇ ਵਾਇਰਲ ਜਿਹਾ ਹੀ ਹੋਇਆ ਪਿਆ ਸੀ ਸਾਰੇ ਕਿਤੇ। ਰੋਟੀ ਖਾਓ ਤਾਂ ਦੀਦੀ, ਪਾ ਕੇ ਲੈ ਕੇ ਜਾ, ਰੋਟੀ ਪਾਓ ਪੁੱਤ। ਇਹਨੂੰ ਫੀਵਰ ਵਾਂਗੂ ਹੋਇਆ ਪਿਆ, ਆਪਣੀ ਰੋਟੀ ਪਾਓ ਪੁੱਤ, ਰੋਟੀ ਪਈ ਆ। ਅਤੇ ਸਬਜ਼ੀ ਰੱਖ ਲਓ, ਦਹੀਂ ਲੈਣਾ ਦਹੀਂ ਨਾਲ। ਚਲੋ ਜੀ ਆਪਾਂ ਬੱਚਿਆਂ ਨੂੰ ਰੋਟੀ ਰੋਟੀ ਖਿਲਾ ਦਈਏ, ਫਿਰ ਮਿਲਦੇ ਹਾਂ ਸਾਨੂੰ, ਫਿਰ ਕਰਦੇ ਹਾਂ ਆਪਾਂ ਗੱਲਬਾਤ। Hello. When I go to school, when I go to school. Hello, it is Sari Kimeo. Hello, it is Sari Kimeo. ਹਾਂਜੀ, ਬੇਸ ਲਗਾਉਣ ਤੋਂ ਬਾਅਦ ਦੇਖੋ ਬੇਸ ਆਪਣਾ ਸੁੱਕ ਗਿਆ, ਹੁਣ ਮੈਂ ਇਹਦੇ ਉੱਪਰ ਕਰਨ ਲੱਗੀ ਹੋਈ ਹਾਂ ਕਲਰ। ਅਤੇ ਮੈਂ ਸਾਈਡਾਂ ਜਿਹੜੇ ਫਲਾਟ ਨੇ ਉਹਨਾਂ 'ਤੇ ਕਰ ਰਹੀ ਹਾਂ ਜੈਲੋ ਕਲਰ, ਅਤੇ ਜਿਹੜਾ ਆਪਣੇ ਜਾਲੇ ਆ ਜਗ੍ਹਾ 'ਤੇ ਫਲਾਰ ਆ ਇਹ 'ਤੇ ਆਊਗਾ ਜੀ ਪਿੰਕ ਜਾਂ ਫਿਰ ਮਜੈਂਟਾ ਕਲਰ ਸੋਚਿਆ ਮੈਂ। ਦੋ ਸ਼ੇਡ ਆਪਾਂ ਯੈਲੋ ਅਤੇ ਮਜੈਂਟਾ ਦੋ ਸ਼ੇਡ ਪੈਣਗੇ, ਪੱਤੀਆਂ ਦਾ ਗ੍ਰੀਨ ਅਤੇ ਵਾਈਟ ਦੇ ਹੀ ਹੋਣਗੀਆਂ ਮਿਕਸ ਕਰਕੇ। ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਡਿਜ਼ਾਇਨ ਆ ਜਿਹੜਾ ਸਾਡਾ ਕਿਵੇਂ ਦਾ ਲੱਗਿਆ। ਹਾਂਜੀ ਇਹ ਵਾਲਾ ਸੂਟ ਆ ਜਿਹੜਾ ਇਹ ਮੈਂ ਔਡਰ ਦੀ ਕਿਸੇ ਦਾ ਤਿਆਰ ਕਰ ਰਹੀ ਹੈਗੀ। ਆਪਾਂ ਨੇ ਦਿਵਾਲੀ ਦੀਆਂ ਸਫਾਈਆਂ ਸ਼ੁਰੂ ਕਰਨੀਆਂ ਨੇ, ਮੈਂ ਕਿਹਾ ਉਦੋਂ ਪਹਿਲਾਂ ਜਿਹੜਾ ਆਪਣੇ ਕੋਲ ਕੰਮ ਆਇਆ ਹੋਇਆ ਆਪਾਂ ਸਾਰਾ
ਇੱਕ ਵਾਰੀ ਕੰਪਲੀਟ ਕਰਕੇ ਦੇ ਦਈਏ, ਕਿੱਦਾਂ ਦਾ ਲੱਗਿਆ ਤੁਹਾਨੂੰ ਡਿਜ਼ਾਇਨ ਕਮੈਂਟ ਕਰਕੇ ਜ਼ਰੂਰ ਦੱਸਿਓ।